ਇਹ ਜੀ ਜਿਹੜਾ ਪਿਛਲੇ ਦਿਨੀ ਢਿਲਵਾਂ ਕਲਾਂ ਦੇ ਵਿੱਚ ਨੌਜਵਾਨ ਨੂੰ ਨਸ਼ਾ ਤਸਕਰਾਂ ਵੱਲੋਂ ਗੋਲੀ ਮਾਰੀ ਗਈ ਸੀ, ਉਸ ਸੰਬੰਧ ਦੇ ਵਿੱਚ ਅੱਜ ਵੱਖ ਵੱਖ ਜਥੇਬੰਦੀਆਂ ਨੇ ਜਿਹੜਾ ਇੱਥੋਂ ਦੇ ਲੋਕਲ ਐਮ ਐਲ ਏ ਗੁਰਦੇਵ ਸਿੰਘ ਸੇਖ ਉਹਨਾਂ ਦੀ ਕੋਠੀ ਦਾ ਘਿਰਾਓ ਕੀਤਾ ਕਿ ਇੱਕ ਤਾਂ ਜਿਹੜਾ ਸਰਕਾਰ ਪੀੜਿਤ ਪਰਿਵਾਰ ਦੇ ਨਾਲ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ, ਨਾਲ ਹੀ ਜਿਹੜੀ ਉਸ ਨਸ਼ਾ ਤਸਕਰਾਂ ਦੇ ਵੱਲੋਂ ਜਿਹੜੀ ਗੱਡੀ ਵਰਤੀ ਗਈ ਸੀ ਔਰ ਹਥਿਆਰ ਵਰਤੇ ਗਏ ਸੀ ਉਹ ਸਾਰੇ ਜਿਹੜੇ ਪਰਚੇ 'ਚ ਨਹੀਂ ਪਾਏ ਗਏ, ਬਰਾਮਦਗੀ ਨਹੀਂ ਪਾਈ ਗਈ, ਔਰ ਹੋਰ ਜਿਹੜੇ ਦੋਸ਼ੀ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਆਹ ਜਿਹੜੇ ਲੋਕ ਇਸ ਕਤਲਕਾਂਡ ਦੇ ਲਈ ਦੋਸ਼ੀ ਨੇ ਉਹਨਾਂ ਨੂੰ ਨਹੀਂ, ਔਰ ਉਸੇ ਹੀ ਕਤਲਕਾਂਡ ਕਰਨ ਵਾਲੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਸਾਥੀਆਂ ਵੱਲੋਂ ਜਿਹੜੇ ਹੋਰ ਲੋਕਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਨਸ਼ੇ ਵੇਚਣ ਤੋਂ ਵੀ ਜੇਕਰ ਤੁਸੀਂ ਇੱਦਾਂ ਕਰੋ ਤਾਂ ਤੁਹਾਨੂੰ ਵੀ ਗੋਲੀਆਂ ਨਾ ਮਾਰਾਂਗੇ, ਤਾਂ ਪੁਲਿਸ ਦੇ ਵੱਲੋਂ ਔਰ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਨਹੀਂ ਪਾਈ ਜਾ ਰਹੀ, ਜਿਸ ਦੇ ਰੋਸ ਵਜੋਂ ਅੱਜ ਜਿਹੜਾ ਰਹਿੰਦੇ ਦੋਸ਼ੀਆਂ ਨੂੰ ਪਰਚੇ ਨਾਮਜ਼ਦ ਕਰਾਉਣ ਲਈ ਜਿਹੜੇ ਦੋਸ਼ੀ ਬਾਹਰ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਲਈ ਇਹ ਜਿਹੜਾ ਧਰਨਾ ਅੱਜ ਦਾ ਦਿੱਤਾ ਜਾ ਰਿਹਾ। ਇੱਥੇ ਮੇਨਲੀ ਕਿਰਤੀ ਕਿਸਾਨ ਯੂਨੀਅਨ, ਸਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਵਿੱਚ ਸ਼ਾਮਲ ਨੇ। ਮੰਗ ਇਹ ਹੈ ਜੀ ਜਿਹੜਾ ਪੀੜਤ ਪਰਿਵਾਰ ਨਾਲ ਵਾਅਦੇ ਕੀਤੇ ਪ੍ਰਸ਼ਾਸਨ ਨੇ ਉਹ ਪੂਰੇ ਕੀਤੇ ਜਾਣ, ਜਿਹੜੇ ਦੋਸ਼ੀ ਪਰਚੇ 'ਚ ਰਹਿੰਦੇ ਨੇ ਹਜੇ ਜਿਹੜੇ ਗੱਡੀ ਵਰਤੀ ਗਈ ਹੈ ਉਹਨਾਂ ਨੂੰ ਪਰਚੇ 'ਚ ਨਾਮਜ਼ਦ ਕੀਤਾ ਜਾਵੇ, ਅਤੇ ਜਿਹੜੇ ਹੋਰ ਦੋਸ਼ੀ ਜਿਹੜੇ ਉਹਨਾਂ ਦੇ ਸਾਥੀ ਨੇ ਜਿਹੜੇ ਲਗਾਤਾਰ ਪੀੜਤਾਂ ਨੂੰ ਜਾਂ ਨਸ਼ਾ ਜਿਹੜੀ ਕਮੇਟੀ ਹੈ ਜਿਹੜੀ ਵਿਰੋਧ ਕਰ ਰਹੀ ਨਸ਼ਾ ਵੇਚਣ ਵਾਲਿਆਂ ਦਾ ਉਹਨਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਪਰਚੇ 'ਚ ਨਾਮਜ਼ਦ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਅਤੇ ਨਸ਼ੇ ਦਾ ਜਿਹੜਾ ਉੱਪਰ ਲਗਾਮ ਕੱਸੀ ਜਾਵੇ ਔਰ ਨਸ਼ੇ ਦੇ ਨਾਲ ਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਉਹਨਾਂ ਸਾਰਿਆਂ ਨੂੰ ਜਿਹੜਾ ਬੰਦ ਕੀਤਾ ਜਾਵੇ। ਇਹ ਦੇਖੋ ਜੀ ਅੱਜ ਸਾਡਾ ਇੱਥੇ ਧਰਨਾ ਹੈਗਾ, ਸਾਡੇ ਨਾਲ ਪ੍ਰਸ਼ਾਸਨ ਗੱਲਬਾਤ ਕਰਦਾ ਹੈ, ਅਗਲਾ ਮਸਲਾ ਕੋਈ ਹੱਲ ਕਰਦਾ ਹੈ, ਨਹੀਂ ਕਰਦਾ ਤਾਂ ਅਸੀਂ ਜਿਹੜਾ ਅਗਲਾ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂਗੇ। ਪਿਛਲੇ ਦਿਨੀ ਢਿਲਵਾਂ ਖੁਰਦ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਨੌਜਵਾਨ ਹਰਭਗਵਾਨ ਸਿੰਘ ਨੂੰ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ, ਅੱਜ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਅਤੇ ਨਾਲ ਹੀ ਸ਼ਹੀਦ ਹਰਭਗਵਾਨ ਸਿੰਘ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਐਮ ਐਲ ਏ ਗੁਰਦੇਵ ਸਿੰਘ ਸੇਖੋਂ ਦੀ ਕੋਠੀ ਅੱਗੇ ਧਰਨਾ ਲਾਇਆ ਕਿ ਸਾਡੀਆਂ ਮੰਗਾਂ ਨੇ ਕਿ ਇੱਕ ਤਾਂ ਹਰਭਗਵਾਨ ਸਿੰਘ ਨੂੰ ਸਰਕਾਰੀ ਤੌਰ 'ਤੇ ਜਿਹੜਾ ਸ਼ਹੀਦੀ ਦਰਜਾ ਦਿੱਤਾ ਜਾਵੇ, ਦੂਸਰੀ ਮੰਗ ਆ ਸਾਡੀ ਕਿ ਅਸੀਂ ਦੂਸਰਾ ਜਿਹੜਾ ਹਰਭਗਵਾਨ ਸਿੰਘ ਦੇ ਨਾਮ 'ਤੇ ਪਿੰਡ ਦੇ ਵਿੱਚ ਢਿਲਵਾਂ ਖੁਰਦ ਦੇ ਵਿੱਚ ਇੱਕ ਸਟੇਡੀਅਮ ਬਣਾਇਆ ਜਾਵੇ, ਖੇਡ ਸਟੇਡੀਅਮ, ਨਾਲ ਹੀ ਜਿਹੜਾ ਦੋਸ਼ੀਆਂ ਦੇ ਘਰੋਂ ਪੁਲਿਸ ਨੇ ਸਮਾਨ ਬਰਾਮਦ ਕੀਤਾ ਉਹ ਹਾਲੇ ਤੱਕ ਜਨਤਕ ਨਹੀਂ ਕੀਤਾ ਗਿਆ, ਕਿਸੇ ਨੂੰ ਦੱਸਿਆ ਨਹੀਂ ਗਿਆ, ਉਹ ਸਮਾਨ ਜਨਤਕ ਕੀਤਾ ਜਾਵੇ ਅਤੇ ਦੋਸ਼ੀਆਂ 'ਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ, ਅਤੇ ਨਾਲ ਹੀ ਜਿਹੜਾ ਹੈਗਾ ਕਿ ਹਰਭਗਵਾਨ ਸਿੰਘ ਦੀ ਵਾਈਫ ਨੂੰ ਜਿਹੜਾ ਐਲਾਨ ਤਾਂ ਕੀਤਾ ਗਿਆ ਸੀ ਕਿ ਇਹਨੂੰ ਸਰਕਾਰੀ ਨੌਕਰੀ ਦੇਵਾਂਗੇ, ਹਜੇ ਤਾਈਂ ਉਹਨੂੰ ਕਿਤੇ ਵੀ ਜਿਹੜਾ ਉਹ ਜੁਆਇਨ ਨਹੀਂ ਕਰਵਾਇਆ ਗਿਆ ਗਾ, ਉਹਨੂੰ ਤੁਰੰਤ ਜਿਹੜਾ ਨੌਕਰੀ ਜਿਹੜਾ ਜੁਆਇਨ ਕਰਵਾਈ ਜਾਵੇ, ਅਤੇ ਨਾਲ ਹੀ ਸਾਡੀ ਮੰਗ ਆ ਕਿ ਜਿਹੜਾ ਪਿਛਲੇ ਦਿਨੀ ਫਰੀਦਕੋਟ ਜ਼ਿਲ੍ਹੇ ਦੇ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਸਰਹੱਦ ਦੇ ਉੱਪਰੋਂ ਜਿਹੜਾ ਨਸ਼ਾ ਜਿਹੜਾ ਫੜਿਆ ਗਿਆ ਸੀ 70 ਕਿਲੋ ਹੀਰੋਇਨ, ਦੋ ਨੌਜਵਾਨ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਨੇ ਅਤੇ ਦੋ ਫਿਰੋਜ਼ਪੁਰ ਜ਼ਿਲ੍ਹੇ ਦੇ, ਇਹ ਚਾਰੇ ਨੌਜਵਾਨ ਅਜਿਹੇ ਨੇ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ ਚੱਜ ਨਾਲ, ਅਸੀਂ ਵੀ ਮੰਨਦੇ ਕਿ ਉਹ ਦੋਸ਼ੀ ਆ ਜਿਹੜੇ ਨਸ਼ਾ ਇੱਧਰ ਲੈ ਕੇ ਆਏ ਨੇ, ਪਰ ਉਹਨਾਂ ਨੂੰ ਜਿਹੜਾ ਵੱਡਾ ਦੋਸ਼ੀ ਨੇ ਕਿ ਜਿਹੜੇ ਉਹਨਾਂ ਦੇ ਮਗਰ ਵੱਡੇ ਵੱਡੇ ਮਗਰਮੱਛ ਨੇ ਜਿਨ੍ਹਾਂ ਨੇ 70 ਕਿਲੋ ਹੀਰੋਇਨ ਮੰਗਵਾਈ ਆ, ਕਿ ਉਹ ਜਿਹੜੇ ਚਾਰੋ ਨੌਜਵਾਨ ਉਹ 70 ਕਿਲੋ ਹੀਰੋਇਨ ਖਰੀਦ ਨਹੀਂ ਸਕਦੇ, ਕਿ ਜੇਕਰ ਵਾਕਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨਸ਼ਾ ਖਤਮ ਕਰਨਾ ਚਾਹੁੰਦੀ ਆ, ਵਾਕਈ ਸੰਜੀਦਾ ਨਸ਼ਾ ਖਤਮ ਕਰਨ ਵਾਲੇ ਪਾਸੇ, ਤੇ ਫਿਰ ਉਹ 70 ਕਿਲੋ ਹੀਰੋਇਨ ਕਿਹਨਾਂ ਤੋਂ ਫੜੀ ਗਈ ਆ, ਉਹਨਾਂ ਦੇ ਮੰਗਰ ਕਿਹੜੇ ਵੱਡੇ ਵੱਡੇ ਮਗਰਮੱਛ ਸੀਗੇ, ਉਹਨਾਂ ਨੂੰ ਸਾਹਮਣੇ ਲਿਆਉਣ ਤੇ ਉਹਨਾਂ ਤੇ ਬਣਦੀ ਕਾਰਵਾਈ ਕਰਨ, ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਆ ਕਿ ਇਲਾਕੇ ਦੇ ਵਿੱਚ ਜਿਹੜਾ ਨੌਜਵਾਨ ਦਾ ਕਤਲ ਹੋਣ ਦੇ ਬਾਅਦ ਵੀ ਜਿਹੜੇ ਨਸ਼ਾ ਤਸਕਰ ਆ ਉਹ ਉਸੇ ਤਰ੍ਹਾਂ ਸ਼ਰੇਆਮ ਨਸ਼ਾ ਵੇਚਦੇ ਫਿਰਦੇ ਆ, ਤੇ ਐਮਐਲਏ ਸਾਹਿਬ ਤੇ ਫਰੀਦਕੋਟ ਦੇ ਐਸਐਸਪੀ ਤੇ ਡੀਸੀਏ ਵਾਅਦਾ ਕਰਕੇ ਆਏ ਸੀ ਸਾਦਕ ਚੌਂਕ ਧਰਨੇ ਦੇ ਵਿੱਚ ਕਿ ਅਸੀਂ ਜਲਦ ਹੀ ਜਿਹੜਾ ਨਸ਼ਾ ਤਸਕਰਾਂ ਨੂੰ ਜਿਹੜਾ ਗ੍ਰਿਫਤਾਰ ਕਰਾਂਗੇ ਤੇ ਸਾਦਕ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ, ਪਰ ਨਸ਼ਾ ਖਤਮ ਨਹੀਂ ਹੋਇਆ, ਲਗਾਤਾਰ ਨਸ਼ੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਆ ਤੇ ਨਸ਼ਾ ਲਗਾਤਾਰ ਵੱਧ ਰਿਹਾ, ਹੁਣ ਪੰਜਾਬ ਦੇ ਲੋਕ ਉੱਥੇ ਆ ਪਿੰਡ ਪਿੰਡ ਕਮੇਟੀਆਂ ਬਣਾ ਰਹੇ ਨੇ, ਉਹ ਪੰਜਾਬ ਨੂੰ ਨਸ਼ਾ ਮੁਕਤ ਵੀ ਬਣਾਉਣਗੇ ਤੇ ਆਮ ਆਦਮੀ ਪਾਰਟੀ ਮੁਕਤ ਵੀ ਬਣਾਉਣਗੇ। ਫਰੀਦਕੋਟ ਪੁਲਿਸ ਵੱਲੋਂ ਪਿਛਲੇ ਦਿਨ ਜਿਹੜੇ ਕੁਝ ਔਰਤਾਂ ਦੇ ਨਾਲ ਉਹਨਾਂ ਦੇ ਜਿਹੜੇ ਮਰਦ ਸੀਗੇ ਉਹ ਗ੍ਰਿਫਤਾਰ ਕੀਤੇ ਗਏ ਸੀ, ਇਸ ਤੋਂ ਇਲਾਵਾ ਕੋਈ ਗ੍ਰਿਫਤਾਰੀ ਬਾਕੀ ਹੈ ਜਾਂ? ਦੇਖੋ ਜੀ, ਇਸ ਤੋਂ ਇਲਾਵਾ ਜਿਹੜੇ ਹਰਭਗਵਾਨ ਦੇ ਕੇਸ ਵਿੱਚ ਜਿਹੜੇ ਦੋਸ਼ੀ ਸੀਗੇ ਉਹ 5 ਤਾਂ ਗ੍ਰਿਫਤਾਰ ਕੀਤੇ ਪੁਲਿਸ ਨੇ,
जिहड़ी हर भगवान दे कतल तो पहला उस कतल केस दे विच गड्डी वरती गई सी फॉर्च्यूनर, वह गड्डी थाने खड़ी अज भी। पुलिस ने गड्डी फाली आ जिहड़ी कतल करन तो कुछ घंटे पहला हर भगवान दे कातलां नूं गड्डी दे विच उस दे बिठा के जिहड़ा कमाउंदे पिंड च कि तुहाडी कोई हवा नहीं देख सकता, वह गड्डी दा मालक ही जिहड़ा उत्थे दोषियां नूं चिट्टा दे के आउंदा सी, जिहड़ा उह वेचदे सी, जिहड़ा चिट्टा वेचण तों उहनां नूं रोकिया गया सी, जिहड़ा चिट्टा वेचण तों रोकण करके उहनां ने कतल कीता हर भगवान दा, ते उहदे नाल ही बराबर ते कातल कतल दे जिम्मेवार उह गड्डी वाले वी आ। उह गड्डी वाले ते गड्डी दे मालक ते गड्डी ते भी परचा दर्ज होना चाहीदा, इहो ही साडी मंग आ। ਇਹ ਉਹ ਦੋਸ਼ੀ ਰਹਿੰਦੇ ਨੇ ਹਜੇ ਫੜੀਚਣ ਵਾਲੇ, ਤੇ ਜਦੋਂ ਉਹਨਾਂ ਦੋਸ਼ੀਆਂ ਨੂੰ ਫੜ ਕੇ ਸੀਆਈ ਸਟਾਫ ਦੇ ਵਿੱਚ ਲਿਆਂਦਾ ਜਾਂਦਾ ਤੇ ਉਹ ਜੋ ਦੋਸ਼ੀ ਦੱਸਦੇ ਆ ਪੁਲਿਸ ਨੂੰ ਕਿ ਸਾਡੇ ਘਰਾਂ ਦੇ ਵਿੱਚ ਕੋਈ ਅਸਲਾ ਜਾਂ ਜਿਹੜਾ ਨਸ਼ਾ ਪਿਆ, ਤਾਂ ਹੀ ਆ ਕੇ ਜਿਹੜਾ ਪੁਲਿਸ ਆ ਉਹਨਾਂ ਦੋਸ਼ੀਆਂ ਦੇ ਘਰਾਂ ਦੀਆਂ ਛੱਤਾਂ ਤੱਕ ਪੱਟ ਦਿੰਦੀ ਆ, ਪਰ ਸਮਾਨ ਨਹੀਂ ਦੱਸਦੀ ਕੀ ਕੁਛ ਬਰਾਮਦ ਹੋਇਆ। इस वीडियो नू अगे शेयर जरूर करना जी, कृपा करके साडे चैनल नू सब्सक्राइब जरूर कर लो जी। हुण तुसी फास्ट अनयूज पंजाब दी ऐप प्ले स्टोर तो इंस्टॉल करके नवियां अते ताज़ा खबरां पाड़ अते देख सकते हो। धन्यवाद। इस वीडियो नू अगे शेयर जरूर करना जी, कृपा करके साडे चैनल नू सब्सक्राइब जरूर कर लो जी। हुण तुसी फास्ट अनयूज पंजाब दी ऐप प्ले स्टोर तो इंस्टॉल करके नवियां अते ताज़ा खबरां पाड़ अते देख सकते हो। धन्यवाद।